ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਸੁਮਿਤ ਖੰਨਾ ਹੈ। ਅੱਜ ਫਿਰ ਇੱਕ ਵਾਰ ਪੁਨੀਤ ਖੰਨਾ ਜੀ ਦੇ ਫੇਸਬੁੱਕ ਪੇਜ ਤੋਂ ਲਾਈਵ ਹੋਏ ਹਾਂ, ਓਮ ਗਲੋਬਲ ਮੈਲਬਰਨ ਤੋਂ। ਥੋੜ੍ਹੀ ਦੇਰ ਵੇਟ ਕਰਾਂਗੇ, ਸਾਡੇ ਹੋਰ ਥੋੜ੍ਹੇ ਦਰਸ਼ਕ ਸਾਡੇ ਨਾਲ ਜੁੜ ਜਾਣ, ਉਸ ਤੋਂ ਬਾਅਦ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਵਾਂਗੇ, ਜਿਹੜਾ ਕਿ ਰੀਸੈਂਟ ਚੇਂਜਿਸ ਆਈਆਂ ਇੰਡੀਆ ਦੇ ਅਸੈਸਮੈਂਟ ਲੈਵਲ ਨੂੰ ਲੈ ਕੇ ਇਨ ਟਰਮਸ ਆਫ ਸਟੂਡੈਂਟ ਵੀਜ਼ਾ, ਜਿਹੜੀ ਕਿ ਅਪਡੇਟ ਆਪਾਂ 2-3 ਦਿਨ ਪਹਿਲਾਂ ਵੀ ਦਿੱਤੀ ਸੀਗੀ। ਇੱਕ ਤਾਂ ਮਿੰਟ ਹੋਰ ਵੇਟ ਕਰਾਂਗੇ, ਇਹ ਤੋਂ ਪਹਿਲਾਂ ਸਾਰੀ ਇਨਫੋਰਮੇਸ਼ਨ ਦਈਏ। ਮੈਂ ਫਿਰ ਤੁਹਾਨੂੰ ਇੱਕ ਵਾਰੀ ਦੱਸਦਾ, ਮੇਰਾ ਨਾਮ ਸੁਮਿਤ ਖੰਨਾ ਹੈ, ਮੈਂ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਆਸਟ੍ਰੇਲੀਅਨ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ, ਓਮ ਗਲੋਬਲ ਮੈਲਬਰਨ ਤੋਂ। ਅਤੇ ਜਿਹੜੇ ਅੱਜ ਦੇ ਮੇਨ ਰੀਜ਼ਨ ਹੈਗਾ ਅੱਜ ਲਾਈਵ ਹੋਣ ਦਾ, 2-3 ਦਿਨ ਪਹਿਲਾਂ ਵੀ ਲਾਈਵ ਹੋ ਕੇ ਤੁਹਾਨੂੰ ਜੋ ਇਨਫੋਰਮੇਸ਼ਨ ਦਿੱਤੀ ਸੀ ਕਿ ਇੰਡੀਆ ਦਾ ਅਸੈਸਮੈਂਟ ਲੈਵਲ ਡਰੋਪ ਹੋ ਕੇ ਲੈਵਲ 2 ਤੋਂ ਲੈਵਲ 3 ਤੇ ਹੋ ਗਿਆ, ਕੀ ਮਤਲਬ ਹੈ ਉਹਦਾ, ਕੀ ਉਹਦੇ ਮੇਨ ਚੇਂਜਿਸ ਹੈਗੇ ਹੈ, ਅਤੇ ਉਹ ਇੰਡੀਅਨ ਸਟੂਡੈਂਟ ਨੂੰ ਕਿੱਦਾਂ ਇੰਪੈਕਟ ਕਰੇਗਾ, ਉਹਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਵਾਂਗੇ। ਸਭ ਤੋਂ ਪਹਿਲਾਂ ਅਸੈਸਮੈਂਟ ਲੈਵਲ 2 ਤੋਂ 3 ਦਾ ਮਤਲਬ ਇਹ ਹੈ, ਇੰਡੀਆ ਜਿਹੜਾ ਕਿ ਪਹਿਲਾਂ ਮੀਡੀਅਮ ਰਿਸਕ ਦੀ ਕੈਟੇਗਰੀ ਦੇ ਵਿੱਚ ਆਉਂਦਾ ਸੀਗਾ, ਅਤੇ ਉਹੀ ਲੈਵਲ 3 ਦੇ ਜਾਣ ਨਾਲ ਕੁਛ ਹਾਈ ਰਿਸਕ ਦੀ ਕੈਟਾਗਰੀ 'ਚ ਆਉਂਦਾ। ਜਿੱਦਾਂ ਹਰ ਇੰਸਟੀਟਿਊਸ਼ਨ ਦੇ ਲੈਵਲਸ ਹੁੰਦੇ, ਲੈਵਲ 1, 2, 3, ਉਸੇ ਤਰ੍ਹਾਂ ਹਰ ਕੰਟਰੀ ਦਾ ਇੱਕ ਅਸੈਸਮੈਂਟ ਲੈਵਲ ਹੁੰਦਾ, ਲੈਵਲ 1, 2 ਅਤੇ 3। ਲੈਵਲ 3 ਦੇ ਵਿੱਚ ਜਾਣ ਦਾ ਮਤਲਬ ਇਹ ਹੈ ਕਿ ਜਿਹੜਾ ਸਟੂਡੈਂਟ ਕਿਸੇ ਲੈਵਲ 2 ਦੇ ਇੰਸਟੀਟਿਊਸ਼ਨ ਕਾਲਜ ਜਾਂ ਯੂਨੀਵਰਸਿਟੀ ਜਾਂ ਲੈਵਲ 3 ਦੇ ਇੰਸਟੀਟਿਊਸ਼ਨ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲੈਂਦਾ, ਆਪਣੀ ਇਨਰੋਲਮੈਂਟ ਕਰਾਉਂਦਾ, COE ਲੈਂਦਾ, ਅਤੇ ਉਹਦੇ ਲਈ 2 ਐਕਸਟਰਾ ਡਾਕੂਮੈਂਟਸ ਹੈ ਜਿਹੜੇ ਉਹਨਾਂ ਨੂੰ ਪ੍ਰੋਵਾਈਡ ਕਰਨੇ ਪੈਂਦੇ। ਉਹ ਕ੍ਰਾਈਟੀਰੀਆ ਹੈਗਾ ਇੰਗਲਿਸ਼ ਦਾ, ਜਿਹੜਾ ਕਿ ਤੁਹਾਡੇ ਕੋਲ ਲੈਂਗੁਏਜ ਕ੍ਰਾਈਟੀਰੀਆ ਹੋਣਾ ਚਾਹੀਦਾ IELTS ਜਾਂ PT ਦੇ ਰੂਪ 'ਚ, ਜਾਂ ਨਾਲ ਤੁਹਾਡੇ ਫਾਈਨੈਂਸ਼ੀਅਲਸ ਦਿਖਾਉਣੇ ਪੈਂਦੇ, ਜਿਹੜਾ ਕਿ ਤੁਹਾਡੀ ਬੇਸਡ ਔਨ ਐਨੂਅਲ ਕੋਸਟ ਆਫ ਲਿਵਿੰਗ ਪਲੱਸ ਫੀਸ ਅਤੇ ਤੁਹਾਡੇ ਹੋਰ ਵਾਪਸ ਜਾਣ ਦੀ ਟਿਕਟ। ਉਹਨੂੰ ਬਰੀਫ ਜ਼ਿਆਦਾ ਡੀਟੇਲ ਦੇ ਵਿੱਚ ਫਿਰ ਦੱਸਾਂਗੇ। ਪਹਿਲਾਂ ਔਨਸ਼ੋਰ ਅਤੇ ਆਫਸ਼ੋਰ ਨੂੰ ਲੈ ਕੇ ਚੱਲੀਏ। ਆਫਸ਼ੋਰ ਉਹ ਸਟੂਡੈਂਟ ਜਿਹੜੇ ਇੰਡੀਆ ਵਿੱਚ ਰਹਿੰਦੇ ਆ, ਜੇ ਤੁਸੀਂ ਕਿਸੇ ਲੈਵਲ 2 ਜਾਂ 3 ਦੇ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇਹ ਡਾਕੂਮੈਂਟਸ ਦਿਖਾਉਣੇ ਪੈਣਗੇ, ਅਨਲੈਸ ਕਿ ਤੁਸੀਂ ਲੈਵਲ 1 ਦੀ ਕਿਸੇ ਯੂਨੀਵਰਸਿਟੀ ਪੜ੍ਹਦੇ ਹੋ, ਜਿੱਦਾਂ ਕਿ ਮੋਨੈਸ਼ ਯੂਨੀਵਰਸਿਟੀ ਹੈ, ਇੱਦਾਂ ਦੀ ਹੋਰ ਕਾਫੀ G8 ਯੂਨੀਵਰਸਿਟੀਜ਼ ਤੋਂ ਇਲਾਵਾ ਵੀ ਕਈ ਯੂਨੀਵਰਸਿਟੀਜ਼ ਆ ਜਿਹੜੀ ਲੈਵਲ 1 ਦੇ ਵਿੱਚ ਆਉਂਦੀਆਂ, ਤਾਂ ਤੁਹਾਡੇ ਲਈ ਕੋਈ ਚੇਂਜਿਸ ਨਹੀਂ ਹੈਗੇ, ਸੇਮ ਤਰੀਕੇ ਨਾਲ ਤੁਹਾਡੀ ਫਾਈਲ ਅਪਲਾਈ ਹੋਏਗੀ। ਇਨ ਟਰਮਸ ਆਫ ਜੇ ਆਪਾਂ ਔਨਸ਼ੋਰ ਸਟੂਡੈਂਟਸ ਲੈ ਕੇ ਚੱਲੀਏ, ਔਨਸ਼ੋਰ ਦੇ ਵਿੱਚ ਬਹੁਤ ਡਿਫਰੈਂਟ ਤਰ੍ਹਾਂ ਦੀ ਕੈਟਾਗਰੀਜ਼ ਦੇ ਵਿੱਚ ਸਟੂਡੈਂਟ ਆਉਂਦੇ ਆ। ਸਟੂਡੈਂਟ ਉਹ ਹੈ ਜਿਹੜੇ ਆਲਰੇਡੀ ਪੜ੍ਹਦੇ ਪਏ ਹੈ, ਜਿਨ੍ਹਾਂ ਨੇ ਆਪਣਾ ਅੱਧਾ ਕੋਰਸ ਕੰਪਲੀਟ ਕਰ ਰਿਹਾ ਜਾਂ ਕਾਫੀ ਹੱਦ ਤੱਕ ਪੜ੍ਹਾਈ ਖਤਮ ਹੋ ਗਈ ਹੈ ਅਤੇ ਐਕਸਟੈਂਡ ਕਰਾ ਰਿਹਾ ਹੈ ਵੀਜ਼ਾ, ਉਹ ਤਰ੍ਹਾਂ ਦੇ ਨੇ। ਦੇ ਦੂਸਰੇ ਤਰ੍ਹਾਂ ਦੇ ਜਿਹੜੇ ਸਟੂਡੈਂਟ ਵਿਜ਼ਿਟਰ 'ਤੇ ਆਏ ਹੋਏ ਨੇ ਅਤੇ ਉਹ ਆਪਣਾ ਸਟੂਡੈਂਟ ਵੀਜ਼ਾ ਪੜ੍ਹਨਾ ਚਾਹੁੰਦੇ ਆ, ਪੜ੍ਹਾਈ ਕਰਨਾ ਚਾਹੁੰਦੇ ਆ, ਕਿ ਜਾਂ ਸਟੂਡੈਂਟਸ ਜਿਹੜੇ ਕਿਸੇ ਹੋਰ ਵੀਜ਼ੇ ਤੋਂ ਨਿਕਲ ਕੇ 482 ਜਾਂ ਕਿਸੇ ਵੀ ਵੀਜ਼ੇ ਤੋਂ ਨਿਕਲ ਕੇ ਸਟੂਡੈਂਟ ਵੀਜ਼ਾ ਦੀ ਆਪਸ਼ਨ ਲੈਣਾ ਚਾਹੁੰਦੇ ਆ। ਇਹ 2 ਡਾਕੂਮੈਂਟਸ, ਇਹ ਜਿਹੜੇ ਐਵੀਡੈਂਸ ਹੈ ਜਿਹੜੇ ਆਪਾਂ ਪ੍ਰੋਵਾਈਡ ਕਰਨਾ, ਜ਼ਰੂਰੀ ਨਹੀਂ ਹੈਗਾ ਕਿ ਸੇਮ ਕ੍ਰਾਈਟੀਰੀਆ ਸਾਰਿਆਂ ਨੂੰ ਐਪਲੀਕੇਬਲ ਹੁੰਦਾ, ਡਿਫਰੈਂਟ ਕ੍ਰਾਈਟੀਰੀਆਜ਼ ਹੁੰਦੇ। ਸਭ ਤੋਂ ਪਹਿਲਾਂ ਤੁਹਾਨੂੰ ਫਾਈਨੈਂਸ਼ੀਅਲਸ ਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿੰਦੇ, ਜਿਹੜੇ ਕਿ ਫਾਈਨੈਂਸ਼ੀਅਲਸ ਹੁੰਦੇ ਆ ਉਹ ਪ੍ਰਾਇਮਰੀ ਐਪਲੀਕੈਂਟ ਦੀ ਜਿਹੜੀ ਲਿਵਿੰਗ ਕੋਸਟ ਹੈ ਸਾਲ ਦੀ, ਜਿਹੜੀ ਕਿ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਹੈ ਕੁਛ $20,290 ਦੇ ਨਾਲ ਉਹ ਐਸਟੀਮੇਟ ਕਰਦੇ ਆ, ਜਿਹੜੇ ਤੁਹਾਨੂੰ ਦਿਖਾਉਣੇ ਪੈਂਦੇ।
ਪਲੱਸ ਤੁਹਾਡੀ 12 ਮਹੀਨੇ ਦੀ ਕੋਰਸ ਦੀ ਜਿਹੜੀ ਫੀਸ ਹੁੰਦੀ, ਮੰਨ ਲਓ ਜਿਹੜਾ ਵੀ ਤੁਸੀਂ ਕੋਰਸ ਪੜ੍ਹਦੇ ਹੋ, ਕੋਈ ਬੈਚਲਰਸ ਪੜ੍ਹਦੇ ਹੋ ਜਾਂ ਡਿਪਲੋਮਾ ਲੈਵਲ ਦਾ ਪੜ੍ਹਦੇ ਹੋ, ਜੇ ਤੁਹਾਡੇ ਸਾਲ ਦੀ ਫੀਸ ਹੈਗੀ ਹੈ ਕੁਛ $15,000, ਤਾਂ $15,000 ਤੁਹਾਨੂੰ ਇਨੀਸ਼ੀਅਲੀ ਦਿਖਾਉਣੇ ਪੈਂਦੇ, ਪਲੱਸ ਐਕਸਟਰਾ 2,000 ਅਪਰੋਕਸੀਮੇਟਲੀ ਜਿਹੜੀ ਤੁਹਾਡੀ ਰਿਟਰਨ ਟਿਕਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਦਿਖਾਉਣੀ ਪੈਂਦੀ। ਜੇ ਪ੍ਰਾਇਮਰੀ ਐਪਲੀਕੈਂਟ ਦੇ ਨਾਲ ਤੁਹਾਡੇ ਕੋਈ ਸੈਕੰਡਰੀ ਐਪਲੀਕੈਂਟ ਵੀ ਹੈਗਾ, ਸੈਕੰਡਰੀ ਐਪਲੀਕੈਂਟ ਦਾ ਮਤਲਬ ਕੋਈ ਤੁਹਾਡਾ ਹਸਬੈਂਡ ਜਾਂ ਵਾਈਫ ਤੁਹਾਡੇ ਨਾਲ ਹੈ ਅਤੇ ਉਹਨਾਂ ਦਾ ਵੀਜ਼ਾ ਵੀ ਤੁਸੀਂ ਨਾਲ ਅਪਲਾਈ ਕੀਤਾ ਹੈ ਜਾਂ ਕਰਨਾ ਚਾਹੁੰਦੇ ਹੋ, ਅਤੇ ਉਹਨਾਂ ਦੀ ਕੋਸਟ ਹੈਗੀ ਹੈ $7,100 ਜਿਹੜਾ ਕਿ ਇੱਕ ਲਿਵਿੰਗ ਐਕਸਪੈਂਸ ਤੁਹਾਨੂੰ ਉਹਨਾਂ ਦਾ ਦਿਖਾਉਣਾ ਪੈਂਦਾ। ਅਤੇ ਇਹਦੇ ਨਾਲ ਹੀ ਜੇ ਬੇਬੀ ਵੀ ਹੈਗਾ, ਕੋਈ ਚਾਈਲਡ ਹੈਗਾ, ਤਾਂ ਅਪਰੋਕਸੀਮੇਟਲੀ 3,000 ਦੇ ਆਸ ਪਾਸ ਉਹਦੇ ਵੀ ਐਕਸਪੈਂਸ ਤੁਹਾਨੂੰ ਦਿਖਾਉਣੇ ਪੈਂਦੇ। ਜੇ ਤੁਹਾਡਾ ਬੱਚਾ ਸਕੂਲ ਜਾਣ ਵਾਲੀ ਏਜ ਦੇ ਵਿੱਚ ਹੈ ਅਤੇ ਉਹਦੀ ਫੀਸ ਜਿਹੜੀ ਅਪਰੋਕਸੀਮੇਟਲੀ ਗਵਰਨਮੈਂਟ ਕਹਿੰਦੀ ਹੈ ਜਾਂ ਡਿਪਾਰਟਮੈਂਟ ਕਹਿੰਦਾ $8,000 ਦੇ ਆਸ ਪਾਸ, ਉਹ ਵੀ ਤੁਹਾਨੂੰ ਦਿਖਾਉਣੀ ਪੈਂਦੀ ਹੈ। ਇਹ ਜੀ ਬੇਸਿਕ ਕ੍ਰਾਈਟੀਰੀਆ ਹੈਗਾ। ਜੇ ਤੁਸੀਂ level 2 ਜਾਂ level 3 ਦੇ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਤਾਂ ਉਹਦੇ ਬੇਸ ਦੇ ਉੱਤੇ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ। ਹੁਣ ਇਹ ਤੋਂ ਬਾਅਦ ਆਉਂਦੀ ਗੱਲ ਸਾਡੀ ਇੰਗਲਿਸ਼ ਲੈਂਗੁਏਜ ਦੀ। ਨਾਓ ਇੰਗਲਿਸ਼ ਲੈਂਗੁਏਜ ਰੀਸੈਂਟਲੀ ਮੈਂ ਦੇਖਿਆ ਕਾਫੀ ਜਣਿਆਂ ਨੇ ਪੋਸਟ ਕੀਤਾ ਅਤੇ ਕਿ ਕੰਪਲਸਰੀ ਹੋ ਚੁੱਕਾ ਹੈ ਜਿਹੜਾ ਇੰਡੀਆ ਤੋਂ ਸਟੂਡੈਂਟ ਹੈਗਾ, ਇੰਡੀਅਨ ਪਾਸਪੋਰਟ ਹੋਲਡਰ ਹੈ, ਜੋ level 2 ਜਾਂ 3 ਦੇ ਵਿੱਚ ਲੈਂਦਾ ਉਹਦੇ ਲਈ ਕੰਪਲਸਰੀ ਹੈ। ਦੇਖੋ ਇੱਦਾਂ ਦਾ ਕੋਈ ਕੰਪਲਸਰੀ ਰਿਕੁਆਇਰਮੈਂਟ ਨਹੀਂ ਹੈਗੀ, ਬਟ ਡਿਫਰੈਂਟ ਕ੍ਰਾਈਟੀਰੀਆਜ਼ ਹੈ। ਜੇ ਹਾਂਜੀ ਤੁਸੀਂ ਉਸ ਕ੍ਰਾਈਟੀਰੀਆ ਦੇ ਵਿੱਚ ਫੋਲ ਕਰਦੇ ਹੋ ਤਾਂ ਬਿਲਕੁਲ ਕੰਪਲਸਰੀ ਹੈ, ਜੇ ਨਹੀਂ ਕਰਦੇ ਤਾਂ ਨਹੀਂ ਕੰਪਲਸਰੀ। ਬੇਸਿਕ ਜੀ ਇਨਫੋਰਮੇਸ਼ਨ ਤਾਂ ਤੁਹਾਨੂੰ ਦਈਏ। ਜੇ ਤਾਂ ਤੁਸੀਂ ਆਇਲਟਸ ਦਿੰਦੇ ਹੋ, ਕੋਈ ਆਇਲਟਸ ਜਾਂ PT ਜਾਂ ਕੋਈ ਵੀ ਅਸੈਪਟੇਬਲ ਇੰਗਲਿਸ਼ ਲੈਂਗੁਏਜ ਦਾ ਟੈਸਟ ਦਿੰਦੇ ਹੋ, ਜੇ ਤੁਹਾਡੇ ਤਾਂ ਆਇਲਟਸ ਦੇ ਵਿੱਚ ਆਉਂਦੇ 5.5 band, ਫਿਰ ਤੁਹਾਨੂੰ ਨੋਰਮਲੀ ਐਡਮਿਸ਼ਨ ਡਿਪੈਂਡਿੰਗ ਜੋ ਵੀ ਕਾਲਜ ਦਾ ਕ੍ਰਾਈਟੀਰੀਆ ਐਡਮਿਸ਼ਨ ਮਿਲ ਜਾਂਦੀ ਹੈ। ਬੇਸਿਕਲੀ ਇਹ ਗਿਣਿਆ ਜਾਂਦਾ ਕਿ 5.5 band ਦੇ ਨਾਲ ਤੁਸੀਂ ਆਪਣੀ ਇੰਗਲਿਸ਼ ਦੀ ਰਿਕੁਆਇਰਮੈਂਟ ਪੂਰੀ ਕਰਦੇ ਹੋ। ਜੇ ਤਾਂ ਤੁਹਾਡੇ ਬੈਂਡ ਆਉਂਦੇ 5 ਓਵਰਆਲ, ਜੇ ਆਪਾਂ ਲੈ ਕੇ ਚੱਲੀਏ ਆਇਲਟਸ ਇਕੁਇਵਲੈਂਟ ਜਾਂ ਕਿਸੇ ਵੀ ਹੋਰ ਇੰਗਲਿਸ਼ ਲੈਂਗੁਏਜ ਟੈਸਟ ਦੇ ਵਿੱਚ, ਉਹਦੇ ਨਾਲ ਤੁਹਾਨੂੰ 10 weeks ਦੀ ਮਿਨੀਮਮ ਐਲੀਕੋਸ ਲਗਾਉਣਾ ਪੈਂਦਾ। ਐਲੀਕੋਸ ਇੱਕ ਇੰਗਲਿਸ਼ ਕੋਰਸ ਹੁੰਦਾ ਜਿਹੜਾ ਕਿ ਕਈ ਵਾਰੀ ਪੜ੍ਹਾਈ ਪ੍ਰਾਇਮਰੀ ਕੋਰਸ ਪੜ੍ਹਨ ਤੋਂ ਪਹਿਲਾਂ ਕੀਤਾ ਜਾ ਸਕਦਾ ਤਾਂ ਕਿ ਤੁਹਾਡੀ ਇੰਗਲਿਸ਼ ਲੈਂਗੁਏਜ ਇੰਪਰੂਵ ਹੋਵੇ। ਅਤੇ ਜਦ ਤੱਕ ਤੁਹਾਡੇ ਤੁਸੀਂ ਆਪਣਾ ਪ੍ਰਾਇਮਰੀ ਕੋਰਸ ਸ਼ੁਰੂ ਕਰੋ, ਸਰਟੀਫਿਕੇਟ 3, 4, ਡਿਪਲੋਮਾ, ਬੈਚਲਰਸ, ਉਹ ਤੋਂ ਪਹਿਲਾਂ ਇਹਦੀ ਰਿਕੁਆਇਰਮੈਂਟ ਹੋ ਸਕਦੀ ਹੈ ਜੇ ਤੁਹਾਡੇ 5 band ਹੁੰਦੇ। ਅਤੇ ਜੇ ਤੁਹਾਡੇ ਆਉਂਦੇ ਆ ਆਇਲਟਸ ਓਵਰਆਲ 4.5 band, ਤਾਂ ਉਹਦੀ ਮਿਨੀਮਮ ਰਿਕੁਆਇਰਮੈਂਟ ਹੈਗੀ ਕਿ ਐਟਲੀਸਟ 20 weeks ਦਾ ਤੁਹਾਡੇ ਕੋਲ ਐਲੀਕੋਸ ਹੋਣਾ ਚਾਹੀਦਾ। ਅਤੇ 4.5 ਜਾਂ 5.5 band ਦੇ ਨਾਲ ਵੀ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਬਟ ਹਾਂ, ਕਈ ਕੰਡੀਸ਼ਨਸ ਦੇ ਵਿੱਚ ਡਿਪੈਂਡਿੰਗ ਤੁਹਾਡਾ ਓਵਰਆਲ ਕਿੰਨਾ ਸਕੋਰ ਹੈ, ਤੁਹਾਨੂੰ ਐਲੀਕੋਸ ਦੀ ਕੰਡੀਸ਼ਨ ਲੱਗ ਸਕਦੀ ਹੈ ਜਿਹੜਾ ਕਿ ਤੁਹਾਨੂੰ ਕਾਲਜ ਵੀ ਦੇ ਸਕਦਾ। ਇਹ ਤੋਂ ਇਲਾਵਾ ਵੇਵਰ ਮਿਲਦਾ ਹੈਗਾ, ਆਇਲਟਸ ਦਾ ਬਿਲਕੁਲ ਵੇਵਰ ਹੈਗਾ, ਇੰਗਲਿਸ਼ ਲੈਂਗੁਏਜ ਦਾ ਵੇਵਰ ਹੈਗਾ। ਸਪੈਸ਼ਲੀ ਔਨ ਸ਼ੋਰ ਜਿਹੜੇ ਜ਼ਿਆਦਾਤਰ ਸਟੂਡੈਂਟਸ ਨੇ ਉਹਨਾਂ ਨੂੰ ਤਕਰੀਬਨ ਇਹ ਵੇਵਰ ਮਿਲ ਸਕਦਾ। ਕਿਸ ਤਰ੍ਹਾਂ ਮਿਲ ਸਕਦਾ ਉਹ ਸਟੂਡੈਂਟ? ਸਭ ਤੋਂ ਪਹਿਲੀ ਗੱਲ, ਜੇ ਤਾਂ ਆਪਾਂ ਕਿਸੇ ਹੋਰ ਕੰਟਰੀ ਦਾ ਪਾਸਪੋਰਟ ਲਾ ਕੇ ਚੱਲੀਏ, ਜਿੱਦਾਂ US, UK, ਕੈਨੇਡਾ, ਇੱਦਾਂ 5-6 countries ਹੈਗੀ, ਜੇ ਤੁਸੀਂ ਉਹਨਾਂ ਦੇ ਪਾਸਪੋਰਟ ਹੋਲਡਰ ਹੋ ਫਿਰ ਆਇਲਟਸ ਦਾ ਵੇਵਰ ਹੈਗਾ। ਦੂਸਰਾ ਤਰ੍ਹਾਂ ਦਾ ਵੇਵਰ ਹੁੰਦਾ ਜੇ ਕੋਈ ਡਿਫੈਂਸ ਸਟੂਡੈਂਟ ਹੈ ਜਾਂ ਫੋਰਨ ਐਕਸਚੇਂਜ ਸਟੂਡੈਂਟ ਹੈ ਜਾਂ ਸਕੂਲਿੰਗ ਦਾ ਸਟੂਡੈਂਟ ਹੈ ਜਾਂ ਸੈਕੰਡਰੀ ਐਕਸਚੇਂਜ ਦੇ ਸਟੂਡੈਂਟ ਹੈ, ਉਹਨਾਂ ਨੂੰ ਵੀ ਆਇਲਟਸ ਦਾ ਵੇਵਰ ਮਿਲਦਾ ਹੈ, ਉਹਨਾਂ ਨੂੰ ਵੀ ਦਿਖਾਉਣ ਦੀ ਜ਼ਰੂਰਤ ਨਹੀਂ। ਫਿਰ ਉਹ ਤੋਂ ਬਾਅਦ ਜਿਹੜੇ ਸਟੂਡੈਂਟ ਆਲਰੇਡੀ ਇੱਥੇ ਪੜ੍ਹਦੇ ਪਏ,
ਜੇ ਤੁਹਾਡਾ ਕੋਰਸ 50% ਤੋਂ ਜ਼ਿਆਦਾ ਜਾਂ 51% ਕੰਪਲੀਟ ਹੋ ਚੁੱਕਾ ਹੈ, ਫਿਰ ਵੀ ਤੁਹਾਨੂੰ ਆਇਲਸ ਦਾ ਪੇਪਰ ਹੈ, ਉਹ ਕੋਰਸ ਤੁਹਾਡਾ ਸਰਟੀਫਿਕੇਟ 4 ਦੇ ਲੈਵਲ ਜਾਂ ਹਾਇਰ ਲੈਵਲ 'ਤੇ ਹੋਣਾ ਚਾਹੀਦਾ। ਯਾਨੀ ਕਿ ਜੇ ਮੰਨ ਲਓ ਤੁਸੀਂ ਸਰਟੀਫਿਕੇਟ 4 ਪੜ੍ਹਦੇ ਪਏ ਹੋ ਜਾਂ ਡਿਪਲੋਮਾ ਬੈਚਲਰਸ ਮਾਸਟਰਸ ਪੜ੍ਹਦੇ ਪਏ ਹੋ, ਅਤੇ ਪਿਛਲੇ 2 ਸਾਲਾਂ ਦੇ ਵਿੱਚ ਇਹ ਕੋਰਸ ਤੁਹਾਡਾ 51% ਕੰਪਲੀਟ ਹੋ ਚੁੱਕਾ, ਫਿਰ ਵੀ ਤੁਹਾਨੂੰ ਆਇਲਸ ਦਾ ਪੇਪਰ ਹੈ ਜਾਂ ਇੰਗਲਿਸ਼ ਲੈਂਗੁਏਜ ਦਾ ਪੇਪਰ ਹੈ। 51% ਤੋਂ ਲੈ ਕੇ ਚੱਲੀਏ, ਜੇ ਆਪਾਂ ਕੰਪਲੀਟ ਵੀ ਤੁਸੀਂ ਕਰ ਲਿਆ ਹੋਇਆ ਇਹਨਾਂ 'ਚੋਂ ਕੋਈ ਵੀ ਕੋਰਸ, ਸਰਟ 4, ਡਿਪਲੋਮਾ ਬੈਚਲਰ ਜਾਂ ਤੋਂ ਉੱਤੇ ਪਹਿਲਾਂ, ਤਾਂ ਵੀ ਤੁਹਾਨੂੰ ਆਇਲਸ ਦੇ ਵਿੱਚ ਪੇਪਰ ਹੈ, ਤੁਹਾਨੂੰ ਉਹ ਪ੍ਰੋਵਾਈਡ ਕਰਨ ਦੀ ਲੋੜ ਨਹੀਂ। ਫਿਰ ਇਹ ਤੋਂ ਇਲਾਵਾ ਜਿਹੜੇ ਜ਼ਿਆਦਾਤਰ ਆਪਾਂ ਦੇਖਿਆ ਜਾਈਏ ਕਿ ਸਟੂਡੈਂਟ ਆਉਂਦੇ ਹੈ ਵਿਜ਼ਿਟਰ ਵੀਜ਼ਾ 'ਤੇ, ਤਾਂ ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੈ ਜਾਂ ਕਰਦੇ ਹੈ, ਜੇ ਤਾਂ ਤੁਸੀਂ ਕੋਰਸ ਪੜ੍ਹਦੇ ਹੋ ਇਕੱਲਾ ਐਲੀ ਕੋਰਸ ਦਾ, ਸਿਰਫ ਇੰਗਲਿਸ਼ ਦਾ ਕੋਰਸ ਪੜ੍ਹਦੇ ਹੋ, ਨੋ ਮੈਟਰ ਤੁਹਾਡਾ 20 ਹਫ਼ਤਿਆਂ ਦਾ ਜਾਂ 40 ਹਫ਼ਤਿਆਂ ਦਾ, ਡਿਪੈਂਡਿੰਗ ਕਿ ਕਿਸ ਲੈਵਲ 'ਤੇ ਤੁਹਾਡੀ ਇੰਗਲਿਸ਼ ਹੈ, ਜੇ ਇਕੱਲਾ ਇੰਗਲਿਸ਼ ਦਾ ਕੋਰਸ ਪੜ੍ਹਦੇ ਹੋ ਫਿਰ ਵੀ ਆਇਲਟਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਉਹਦੇ ਵਿੱਚ, ਉਹਦੇ ਵਿੱਚ ਐਜ਼ ਲੌਂਗ ਐਜ ਇਕੱਲਾ ਤੁਹਾਡਾ ਐਲੀ ਕੋਰਸ ਦਾ ਕੋਰਸ ਹੈਗਾ। ਅਤੇ ਕੁਛ ਕ੍ਰਾਈਟੀਰੀਆਜ਼ ਹੈਗੇ ਜਿਹਦੇ ਅੰਡਰ ਸਟੂਡੈਂਟਸ ਅਪਲਾਈ ਕਰ ਸਕਦੇ ਹੈ, ਜੇ ਤੁਹਾਡੇ ਕੋਲ ਆਇਲਟਸ ਨਹੀਂ ਵੀ ਹੈਗਾ, ਕੰਪਲਸਰੀ ਨਹੀਂ ਹੈ, ਡਿਪੈਂਡਿੰਗ ਤੁਹਾਡੀ ਕੋਰਸ ਸਿਲੈਕਸ਼ਨ ਕੀ ਹੈ, ਡਿਪੈਂਡਿੰਗ ਤੁਸੀਂ ਆਲਰੇਡੀ ਕੀ ਪੜ੍ਹ ਚੁੱਕੇ ਹੋ ਜਾਂ ਕਿੰਨੀ ਤੁਹਾਡੀ ਪੜ੍ਹਾਈ ਹੋ ਚੁੱਕੀ ਹੈ, ਉਸ ਬੇਸ 'ਤੇ ਆਇਲਟਸ ਦਾ ਵੇਵਰ ਮਿਲਣਾ ਬਿਲਕੁਲ ਪੋਸੀਬਲ ਹੈ। ਜੇ ਤਾਂ ਤੁਸੀਂ ਸਟੂਡੈਂਟ ਹੋ ਜੀ, ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹੋ ਜਾਂ ਪੜ੍ਹਾਈ ਕਰਨਾ ਚਾਹੁੰਦੇ ਹੋ, ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਆਪਣਾ ਐਕਸਟੈਂਡ ਕਰਾਉਣਾ ਚਾਹੁੰਦੇ ਹੋ ਜਿਹੜਾ ਕਿ ਆਲਰੇਡੀ ਸਟੂਡੈਂਟ ਵੀਜ਼ਾ ਹੈ ਅਤੇ ਤੁਹਾਡੇ ਕੋਲ ਆਇਲਟਸ ਨਹੀਂ ਹੈਗਾ ਅਤੇ ਤੁਹਾਨੂੰ ਲੱਗਦਾ ਕਿ ਬਿਨਾਂ ਆਇਲਟਸ ਤੋਂ ਤੁਹਾਡਾ ਪੋਸੀਬਲ ਹੋਣਾ ਚਾਹੀਦਾ ਹੈ, ਜਾਂ ਇੱਦਾਂ ਦਾ ਵੀ ਕੋਈ ਸਵਾਲ ਹੈਗਾ ਤੁਹਾਨੂੰ ਆਇਲਟਸ ਨਾਲ ਲੈ ਕੇ, ਅਤੇ ਤੁਸੀਂ ਸਾਡੇ ਮੈਲਬਰਨ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ ਜਾਂ ਸਾਨੂੰ ਕਾਲ ਵੀ ਕਰ ਸਕਦੇ ਹੋ। ਇਹ ਤੋਂ ਇਲਾਵਾ ਜਿਹੜੇ ਸਾਡੇ ਸਟੂਡੈਂਟ ਇੰਡੀਆ 'ਚ ਬੈਠੇ ਸ਼ੋਅ ਦੇਖ ਰਹੇ ਹੈ ਜਾਂ ਲਾਈਵ ਦੇਖ ਰਹੇ ਹੈ ਜਾਂ ਰਿਕਾਰਡਿਡ ਵੀਡੀਓ ਵੀ ਜੋ ਦੇਖ ਰਹੇ ਹੈ, ਤਾਂ ਤੁਸੀਂ ਕਿਸੇ ਵੀ ਸਾਡੀ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਲੈਵਲ 1 ਦੇ ਵਿੱਚ ਤੁਹਾਨੂੰ ਨਹੀਂ ਐਡਮਿਸ਼ਨ ਮਿਲ ਸਕਦੀ ਬੇਸਡ ਔਨ ਤੁਹਾਡੇ ਅਕੈਡਮਿਕ ਜਾਂ ਬਾਕੀ ਕ੍ਰਾਈਟੀਰੀਆ ਨੂੰ ਲੈ ਕੇ, ਤਾਂ ਉਹ ਤੋਂ ਇਲਾਵਾ ਵੀ ਤੁਹਾਡੇ ਲਈ ਹੋਰ ਬਥੇਰੀਆਂ ਆਪਸ਼ਨਸ ਹੋ ਸਕਦੀਆਂ। ਬਟ ਸਾਡੀ ਪ੍ਰਾਇੋਰਟੀ ਹੁੰਦੀ ਹੈ ਕਿ ਸਟੂਡੈਂਟ ਨੂੰ ਜ਼ਿਆਦਾਤਰ ਆਫਸ਼ੋਰ ਤੋਂ ਜੇ ਦੇਖਿਆ ਜਾਵੇ ਕਿ ਲੈਵਲ 1 ਦੇ ਕਿਸੇ ਯੂਨੀਵਰਸਿਟੀ 'ਚ ਪੜ੍ਹਾਇਆ ਜਾਏ, ਇੱਕ ਤਾਂ ਹਾਈਐਸਟ ਲੈਵਲ ਆਫ ਐਜੂਕੇਸ਼ਨ ਵੀ ਮਿਲ ਜਾਏਗੀ, ਅਤੇ ਜੇ ਮਤਲਬ G8 ਯੂਨੀਵਰਸਿਟੀਜ਼ ਨੂੰ ਲੈ ਕੇ ਚੱਲੀਏ, ਅਤੇ ਓਬਵੀਅਸਲੀ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਵੱਡੀ ਯੂਨੀਵਰਸਿਟੀਜ਼ ਹੈ ਦੈਟ ਪ੍ਰੋਵਾਈਡ ਕੁਆਲਿਟੀ ਐਜੂਕੇਸ਼ਨ ਐਜ਼ ਵੈਲ, ਉਹਦੇ 'ਚ ਤੁਹਾਡੇ ਵੀਜ਼ਾ ਚਾਂਸਿਸ ਵੀ ਬਹੁਤ ਹੈ। ਇਹ ਤੋਂ ਇਲਾਵਾ ਜੀ, ਜੇ ਕੋਈ ਵੀ ਤੁਹਾਡਾ ਕੁਸ਼ਚਨ ਹੈ ਐਜ਼ ਆਈ ਸੈਡ ਔਨਸ਼ੋਰ ਵਾਲੇ ਆਸਟ੍ਰੇਲੀਆ 'ਚ ਬੈਠੇ ਸਾਡੇ ਕਲਾਇੰਟ ਸਾਨੂੰ ਕਾਲ ਕਰ ਸਕਦੇ ਆ ਜਾਂ ਆਫਿਸ 'ਚ ਮਿਲ ਕੇ ਆਪਣੀ ਕੁਇਰੀਜ਼ ਦਾ ਆਨਸਰ ਲੈ ਸਕਦੇ ਆ। ਬਾਕੀ ਇੰਡੀਆ ਵਾਲੇ ਕਲਾਇੰਟ ਸਾਡੇ ਕਿਸੇ ਵੀ ਬ੍ਰਾਂਚ ਵਿੱਚ ਵਿਜ਼ਿਟ ਕਰ ਲੈਣ, ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਕਰਨਾਲ ਅਤੇ ਯਮੁਨਾਨਗਰ। ਇਜਾਜ਼ਤ ਲੈਂਦੇ ਹਾਂ ਜੀ, ਸਤਿ ਸ਼੍ਰੀ ਅਕਾਲ।